ਸਾਰੇ ਦਰਸ਼ਕਾਂ ਨੂੰ ਜੈ ਸਾਈਆਂ ਦੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਅੱਜ ਤਰੀਕ ਹੋ ਗਈ 28, ਅਸੀਂ ਇਸ ਵੇਲੇ ਖੜ੍ਹੇ ਹਾਂ ਬਾਕਰਪੁਰ ਦੀ ਧਰਤੀ 'ਤੇ, ਪਾਕ ਪਵਿੱਤਰ ਧਰਤੀ ਬਾਕਰਪੁਰ ਦੀ, ਜਿਹਨੂੰ ਬਰਕਤਪੁਰ ਵੀ ਕਿਹਾ ਜਾਂਦਾ ਹੈ। ਧੰਨ ਧੰਨ ਬਾਪੂ ਗੁਲਾਮ ਸਾਈ ਸੁਰਿੰਦਰ ਸ਼ਾਹ ਸਰਕਾਰ, ਜਿਨ੍ਹਾਂ ਦਾ ਉਰਸ, ਜਿਨ੍ਹਾਂ ਦਾ ਅੱਜ ਮੇਲਾ ਹੈ। ਬਾਬਾ ਜੀ, ਇਸ ਮੇਲੇ 'ਤੇ ਮੇਰੇ ਹਿਸਾਬ ਨਾਲ ਇਕੱਲਾ ਪੰਜਾਬ ਹੀ ਨਹੀਂ, ਪੂਰੇ ਹਿੰਦੁਸਤਾਨ ਦੇ ਕੋਨੇ ਕੋਨੇ 'ਚ ਲੋਕ ਪਹੁੰਚ ਰਹੇ ਆ, ਕੁਝ ਆ ਗਏ, ਕੁਝ ਤੁਰੇ ਹੋਏ ਆ, ਕੁਝ ਪਹੁੰਚਣ ਵਾਲੇ ਆ। 27 ਤਰੀਕ ਜੋ ਕੱਲ੍ਹ 51 ਲੋੜਵੰਦ ਪਰਿਵਾਰਾਂ ਦੇ ਧੀਆਂ ਦੇ ਵਿਆਹ ਕੀਤੇ ਗਏ ਆ ਦਾਤਾ ਜੀ ਵੱਲੋਂ, ਇਸ ਦਰਬਾਰ ਵੱਲੋਂ। ਦਾਤਾ ਜੀ ਨੇ ਆਪਣਾ ਨਾਂ ਨਹੀਂ ਖੱਟਿਆ, ਸੋਰੀ, ਮੈਂ ਆਪਣੇ ਸ਼ਬਦ ਵਾਪਸ ਲੈਣਾ, ਉਹਨਾਂ ਨੇ ਨਾਂ ਨਹੀਂ ਖੱਟਿਆ। ਕੱਲ੍ਹ ਵੀ ਕਿਹਾ ਵੀ ਮੇਰਾ ਨਾਂ ਨਹੀਂ ਲੈਣਾ, ਜੇ ਨਾਮ ਲੈਣਾ ਹੈ ਤਾਂ ਧੰਨ ਧੰਨ ਸ਼੍ਰੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ, ਕਲਗੀਧਰ ਪਾਤਸ਼ਾਹ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹਨਾਂ ਪੀਰਾਂ ਫਕੀਰਾਂ ਦਾ ਨਾਮ ਲੈਣਾ, ਵੀ ਉਹਨਾਂ ਦੀ ਪਿਆਰ ਸਦਕਾ ਹੋਇਆ। ਬਾਕੀ ਸੇਵੇਦਾਰ ਸਾਰੇ ਜਿੰਨੇ ਆ, ਇਹ ਬਾਪੂ ਦੇ ਕਰਿੰਦੇ ਆ, ਬਾਪੂ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ, ਸੇਵਾ ਬਹੁਤ ਅੱਛੀ ਨਿਭਾ ਰਿਹਾ, ਦਾਤਾ ਇਹਨਾਂ ਨੂੰ ਨੇਕੀਆਂ ਬਖਸ਼ੇ। ਅਤੇ ਅੱਜ 28 ਤਰੀਕ ਹੈ, ਖੂਨਦਾਨ ਕੈਂਪ ਲੱਗਾ ਹੋਇਆ, ਉੱਚੇ ਪੱਧਰ ਦਾ ਖੂਨਦਾਨ ਕੈਂਪ ਲੱਗਾ ਹੋਇਆ, ਔਰ ਸ਼ਾਮ ਨੂੰ 5 ਤੋਂ 6 ਵਜੇ ਮਹਿੰਦੀ ਦੀ ਰਸਮ ਆਊਗੀ, ਝੰਡੇ ਦੀ ਰਸਮ ਹੁਣੇ ਹੀ ਹੋ ਕੇ ਹਟੀ ਹੈ। ਔਰ 29 ਤਰੀਕ ਨੂੰ ਵੱਖ ਵੱਖ ਥਾਵਾਂ ਤੋਂ ਕਵਾਲਾਂ ਨੇ, ਕਲਾਕਾਰਾਂ ਨੇ ਹਾਜ਼ਰੀਆਂ ਭਰਨੀਆਂ। ਔਰ ਮੈਂ ਇਸ ਦਰਬਾਰ ਨੂੰ ਇੱਕ ਇਸ ਚੀਜ਼ ਤੋਂ ਵਧਾਈ ਦੇਣਾ ਚਾਹੁੰਦਾ ਕਿ ਇਸ ਦਰਬਾਰ 'ਤੇ ਅਜੇ ਤੱਕ, ਚਾਹੇ ਉਹ ਹਿੰਦੂ ਹੈ, ਵੈਸੇ ਅਸੀਂ ਇਹਨਾਂ ਜਾਤੀਆਂ 'ਤੇ ਇਸ ਯਕੀਨ ਨਹੀਂ ਕਰਦੇ ਆ, ਜਿਹੜੀ ਕਾਸਟਿਜ਼ਮ ਬਣੀ ਹੋਈ ਹੈ, ਚਾਹੇ ਉਹ ਆਪਣੇ ਆਪ ਨੂੰ ਮੰਨਣ ਵਾਲਾ ਹਿੰਦੂ ਹੈ, ਚਾਹੇ ਉਹ ਸਿੱਖ ਭਰਾ ਹੈ, ਜਾਂ ਉਹ ਈਸਾਈ ਹੈ, ਚਾਹੇ ਉਹ ਮੁਸਲਮਾਨ ਭਰਾ, ਕੋਈ ਵੀ ਹੈ, ਇੱਥੇ ਸਿਰਫ ਇੱਕੋ ਚੀਜ਼ ਦੇਖੀ ਜਾਂਦੀ ਹੈ, ਸ਼ਰਧਾ ਅਤੇ ਇਨਸਾਨੀਅਤ। ਬਾਬੇ ਗੱਲ ਤਾਂ ਮੈਂ ਕਿਸੇ ਨੂੰ ਅਜੇ ਤੱਕ ਇਹ ਕਿਹਾ ਹੋਵੇ ਵੀ ਤੂੰ ਹਿੰਦੂ ਹੈ ਤੂੰ ਉੱਧਰ ਹੋ ਜਾ, ਤੂੰ ਮੁਸਲਮਾਨ ਤੂੰ ਉੱਧਰ, ਨਹੀਂ, ਇੱਥੇ ਸਾਰੇ ਇੱਕ ਦੂਜੇ ਨੂੰ ਭਾਈ ਜੱਫੀਆਂ ਪਾ ਕੇ ਮਿਲਦੇ ਆ, ਹੱਥ ਜੋੜ ਕੇ ਮਿਲਦੇ, ਸਤਿਕਾਰ ਨਾਲ ਮਿਲਦੇ। ਅਤੇ ਭਾਈ, ਇਸ ਦਰਬਾਰ ਨੂੰ ਮੰਦਾ ਕਹਿਣ ਵਾਲਿਓ, ਹੱਥ ਜੋੜ ਕੇ ਬੇਨਤੀ ਆ, ਮੈਂ ਤਾਂ ਸਿੱਧੀ ਗੱਲ ਕਹਿੰਦਾ, ਉਹ ਇੱਕ ਗੜੀ ਡਿਟਰਜੈਂਟ ਪਾਊਡਰ ਦੀ ਮਸ਼ਹੂਰੀ ਆਉਂਦੀ ਹੈ ਕਿ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਪਹਿਲੇ ਆਓ, ਪਹਿਲੇ ਦੇਖੋ, ਜੇ ਕੁਝ ਮਾੜਾ ਲੱਗਦਾ ਤਾਂ ਫਿਰ ਅਸੀਂ ਵੀ ਤੁਹਾਡੇ ਨਾਲ ਲੱਗਾਂਗੇ, ਜੇ ਕਿਤੇ ਚੰਗਾ ਲੱਗਦਾ ਤਾਂ ਪਲੀਜ਼ ਇਸ ਦਰਬਾਰ ਨੂੰ ਭੰਡਿਆ ਨਾ ਕਰੋ, ਦਾਤਾ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ ਭੰਡਣ ਵਾਲਿਓ, ਤੁਹਾਡੇ 'ਤੇ ਵੀ ਮਿਹਰ ਭਰਿਆ ਹੱਥ ਰੱਖੇ, ਜਿਉਂਦੇ ਵੱਸਦੇ ਰਹੋ ਭਾਈ, ਕੋਈ ਗਲਤ ਸ਼ਬਦ ਬੋਲਿਆ ਗਾ ਮੈਂ ਮਾਫੀ ਚਾਹੁੰਦਾ, ਅਤੇ ਆਓ 29 ਤਰੀਕ ਨੂੰ ਬੱਲੇ। ਲੱਕੀ ਭਾਅ ਜੀ, ਮੁਬਾਰਕਾਂ ਜੀ ਮੇਲੇ ਦੀਆਂ ਸਾਰੀ ਸੰਗਤ ਨੂੰ, ਔਰ ਸਾਡੇ ਭਰਾ ਗੁਰਪ੍ਰੀਤ ਚੱਠਾ ਜੀ ਤੁਹਾਨੂੰ ਵੀ ਮੁਬਾਰਕਾਂ। ਉੱਧਰ ਕੈਮਰਾ ਘੁਮਾ ਦਿਓ, ਦੇਖੋ ਪੰਜਾਬ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਖੜੀਆਂ, ਉਸ ਦੀਆਂ ਬਹੁਤ ਬਹੁਤ ਮੁਬਾਰਕਾਂ। ਦੇਖੋ ਇੱਥੋਂ ਇੱਕ ਚੀਜ਼, ਆਹ ਦੇਖੋ ਤੁਸੀਂ ਬਾਈ ਨੂੰ ਮਿਲ ਰਹੇ ਹੋ, ਤੁਸੀਂ ਬਾਈ ਨੂੰ ਹੁਣੇ ਕੈਮਰੇ ਰਾਹੀਂ ਦੇਖਿਆ, ਇਹਨਾਂ ਦਾ ਇੱਕ ਗਾਣਾ ਜਿਸ ਨੂੰ ਬਾਈ ਨੂੰ ਬਾਕਰਪੁਰ ਨੇ, ਔਰ ਬਾਈ ਦੇ ਗੀਤ ਨੇ ਬਾਕਰਪੁਰ ਨੂੰ, ਇਹ ਵੀ ਹਕੀਕਤ ਹੈ, ਹੈ ਨਾ, ਬਹੁਤ ਉੱਚੇ ਪੱਧਰ ਤੱਕ ਪਹੁੰਚਾਇਆ, ਬਾਈ ਦੇ ਗੀਤ ਨੇ ਬਾਕਰਪੁਰ ਦਾ ਵੀ ਨਾਮ ਉੱਚਾ ਕੀਤਾ, ਹੈ ਨਾ, ਕਦੇ ਮਿਲ ਕੇ ਬੈਠਾਂਗੇ, 30 ਜੂਨ ਹੈ ਫਕਰਾਂ ਦੀ, ਬੜਾ ਗਾਣਾ ਚੱਲਿਆ, ਬਹੁਤ ਪਿਆਰ ਦਿੱਤਾ। ਔਰ ਜੇਕਰ ਐਡੇ ਐਡੇ ਵੱਡੇ ਕਲਾਕਾਰ ਨੰਗੇ ਪੈਰੀ ਭਾਈ, ਅੱਜ ਦੇਖੋ ਬਿਨਾਂ ਕਿਸੇ ਸਿਕਿਉਰਿਟੀ ਤੋਂ, ਬਿਨਾਂ ਕਿਸੇ ਮਤਲਬ ਤੋਂ, ਹੈ ਨਾ, ਔਰ ਸੇਵਾ ਕਰਦੇ ਫਿਰਦੇ ਆ, ਅਤੇ ਫਿਰ ਇਸ ਦਰਬਾਰ 'ਚ ਕੋਈ ਨਾ ਕੋਈ ਗੱਲ ਹੋਊਗੀ ਤਾਂ ਤੁਰੇ ਫਿਰਦੇ, ਨਹੀਂ ਤਾਂ ਬਾਬਾ ਜੀ ਕਿਹਦੇ ਕੋਲ ਕਿੰਨਾ ਕੁ ਟਾਈਮ ਆ, ਕਿ ਕੁਛ ਤੋਂ ਬਾਤ ਹੈ ਲੋਕ ਸਜਦਾ ਕਰਦੇ ਹੈ, ਕੁਛ ਤੋਂ ਬਾਤ ਹੈ ਲੋਕ ਸਜਦਾ ਕਰਦੇ ਹੈ, ਵਰਨਾ ਇਸ ਦੁਨੀਆ ਮੇਂ ਸੀਸ ਝੁਕਾਤਾ ਕੌਣ ਹੈ, ਕਿਸੇ ਕੋਲ ਵਕਤ ਨਹੀਂ ਹੈਗਾ ਕਿਸੇ ਨੂੰ ਸੀਸ ਝੁਕਾਉਂਦਾ। ਅਤੇ ਸਾਰੇ ਕਲਾਕਾਰ ਜਿੰਨੇ ਵੀ ਇੱਥੇ ਪਹੁੰਚ ਰਹੇ ਉਹਨਾਂ ਨੂੰ ਵੀ ਨਿੱਘੀ ਜੀ ਆਇਆਂ, ਅਤੇ ਭਾਈ ਕੋਈ ਗਲਤ ਸ਼ਬਦ ਬੋਲਿਆ ਕਿ ਮਾਫੀ ਦੀ ਜਾਚਗਾ, ਉਹ ਜਕਾਰਾ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਸੱਚੇ ਦਰਬਾਰ ਕੀ ਜੈ, ਗੁਲਾਮ ਸਾਈ ਸੁਰਿੰਦਰ ਸ਼ਾਹ ਜੀ ਦਾ ਕੀ ਜੈ।
ਜੈ ਸਾਈਆਂ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਮੇਲੇ ਦੀਆਂ ਉਰਸ ਦੀਆਂ ਦਾਤਾਂ ਜੀ ਦੇ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ। ਬਾਬਾ ਜੀ ਕਿਰਪਾ ਨਾਲ ਹਰੇਕ ਸਾਲ ਇਹ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਸੀ। ਬਲੱਡ ਬੈਂਕ ਚੱਲ ਰਹੀ ਆਪਣਾ ਜੀ, 500 ਯੂਨਿਟ ਹੋ ਗਈ ਹੈ ਜੀ, 1500 ਪਲੱਸ ਜਾਣ ਦੀ ਉਮੀਦ ਹੈਗੀ ਜੀ। ਉਹ ਸਾਰਿਆਂ ਨੂੰ ਮੁਬਾਰਕਾਂ ਮੇਰੇ ਵੀਰੋ, ਹੁਮ ਹੁਮ ਆ ਕੇ ਪਹੁੰਚੋ ਮੇਲੇ 'ਚ, ਸਵੇਰੇ ਪਹੁੰਚੋ ਜੀ, ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੇਲਾ ਦਾਤਾ ਜੀ ਦਾ ਬਾਕਰਪੁਰ ਦਰਬਾਰ 'ਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਵੀਰੇ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜ਼ਰੂਰ ਸ਼ਿਗਿਰਦ ਕਰੋ, ਪਹੁੰਚੋ ਦਰਬਾਰ 'ਚ ਵੀਰੇ, ਆਪਣੀ ਹਾਜ਼ਰੀ ਲਾਓ ਦਾਤਾ ਜੀ ਜਾਂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੈ ਸਾਈਂ ਦੀ, ਮੇਹਰ ਸਾਈਂ ਦੀ। ਬੋਲੋ ਜੀ ਥੋੜ੍ਹੇ, ਬੋਲੇ ਸੋ ਨਿਹਾਲ। ਹਾਂਜੀ ਕਰੋ। ਜੈਕਾਰਾ ਸਾਈਂ ਸੁਰਿੰਦਰ ਸ਼ਾਹ ਸਰਕਾਰ ਜੀ ਦਾ ਜੀ। ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਜੀ ਬਾਕਰਪੁਰ ਦੇ ਵਿੱਚ, ਕੱਲ੍ਹ ਨੂੰ ਮੇਲਾ ਹੈ ਜੀ, ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੈ ਪੀਰਾਂ ਦੀ, ਜੈ ਸਾਈਆਂ ਦੀ। ਜੀ ਸਾਰੀ ਸੰਗਤ ਨੂੰ, ਸਾਰੀ ਸਮੂਹ ਸੰਗਤ ਨੂੰ ਦਰਬਾਰ ਬਾਕਰਪੁਰ ਵੱਲੋਂ, ਦਰਗਾਹ ਸ਼੍ਰੀ ਬਾਕਰਪੁਰ ਵੱਲੋਂ, ਸਾਈਂ ਜੀ ਵੱਲੋਂ, ਬਾਪੂ ਸਾਈਂ ਸੁਰਿੰਦਰ ਸ਼ਾਹ ਜੀ ਵੱਲੋਂ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਲੇ ਦੀਆਂ। ਸੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਜੀ ਦਰਬਾਰ ਵੱਲੋਂ, ਸਾਈਂ ਜੀ ਵੱਲੋਂ, ਅਤੇ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਇਆ ਆਪਣਾ, ਅਤੇ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਵੀ ਇੰਨੀ ਗਰਮੀ ਦੇ ਵਿੱਚ ਤੁਸੀਂ ਸਾਰੇ ਜਣੇ ਪਹੁੰਚੇ ਹੋ ਉਹਨਾਂ ਦੇ ਛੋਟੇ ਜਿਹੇ ਸੱਦੇ 'ਤੇ। ਕੱਲ੍ਹ 51 ਕੁੜੀਆਂ ਦੇ ਵਿਆਹ ਸੀ ਅਤੇ ਉਹਨਾਂ ਦਾ ਸਾਰਾ ਅਰੇਂਜਮੈਂਟ ਕੀਤਾ ਸੀ, ਤੋ ਕੱਲ੍ਹ ਉਹ ਚੀਜ਼ ਹੋਈ ਹੈ, ਅਤੇ ਅੱਜ ਖੂਨਦਾਨ ਕੈਂਪ ਅਤੇ ਮਹਿੰਦੀ ਦੀ ਰਸਮ, ਅਤੇ ਕੱਲ੍ਹ ਨੂੰ ਮੇਲਾ 29 ਮਈ ਦਾ ਮੇਲਾ। ਸੋ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ। ਖੂਨਦਾਨ ਮਹਾਂਦਾਨ ਹੈ ਇਹ, ਮਤਲਬ ਤੁਸੀਂ ਇਹ ਲਾ ਲਓ ਕਿ ਇਹ ਸਭ ਨੂੰ ਪਤਾ ਕਿਉਂਕਿ ਸਾਰੇ ਸਿਆਣੇ ਆ, ਅਤੇ ਮੈਂ ਕਹਾਂ ਵੀ ਮੈਂ ਕੋਈ ਬਾਹਲਾ ਵੱਡਾ ਕੋਈ ਗਿਆਨੀ ਨਹੀਂ ਹੈ ਨਾ, ਅਤੇ ਕਿਉਂਕਿ ਖੂਨਦਾਨ ਮਹਾਂਦਾਨ ਹੈ, ਕੱਲ੍ਹ ਨੂੰ ਕਿਸੇ ਦੀ ਤੁਹਾਡੇ ਖੂਨ ਦੇ ਨਾਲ ਜਾਨ ਬਚ ਸਕਦੀ ਆ, ਹੈ ਨਾ। ਸੋ ਇਹ ਸਾਰਿਆਂ ਨੂੰ ਡੋਨੇਟ ਕਰਨਾ ਚਾਹੀਦਾ। ਸੋ ਇਹ ਤੁਹਾਡੀ ਆਪਣੀ ਬੋਡੀ ਲਈ ਵੀ ਚੰਗਾ, ਕਿਉਂਕਿ ਨਵੇਂ ਸੈੱਲ ਬਣਦੇ ਆ, ਤੁਹਾਡਾ ਖੂਨ ਡੋਨੇਟ ਹੁੰਦਾ, ਤੁਹਾਡੀ ਬੋਡੀ ਨਵਾਂ ਖੂਨ ਬਣਾਉਂਦੀ ਹੈ, ਉਹ ਤੁਹਾਡੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਇਹ ਬਹੁਤ ਵਧੀਆ ਅਤੇ ਵਧੀਆ ਉਪਰਾਲਾ ਹੈ ਜੀ। ਲਾਸਟ ਵਾਰੀ ਬਾਪੂ ਦੇ ਮੇਲੇ ਦੀ ਵਧਾਈਆਂ ਜੀ ਸਾਰਿਆਂ ਨੂੰ, ਦਰਗਾਹ ਸ਼੍ਰੀ ਬਾਕਰਪੁਰ ਵੱਲੋਂ, ਬਾਪੂ ਸਾਈਂ ਸੁਰਿੰਦਰ ਸ਼ਾਹ ਜੀ ਵੱਲੋਂ, ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਕੱਲ੍ਹ ਨੂੰ ਮੇਲਾ ਜੀ, 29 ਮਈ ਦਾ ਮੇਲਾ। ਸੋ ਸਾਰੇ ਜਣੇ ਹੁੰਮ ਹੁਮਾ ਕੇ ਪਹੁੰਚੋ ਅਤੇ ਆਓ ਅਤੇ ਮੇਲੇ ਦਾ ਆਨੰਦ ਮਾਣੋ ਸਾਰੇ ਜਣੇ। ਥੈਂਕ ਯੂ। ਬਹੁਤ ਵਧੀਆ ਉਪਰਾਲਾ ਜੀ ਬਾਬਾ ਜੀ ਵੱਲੋਂ, ਹਰ ਸਾਲ 28 ਮਈ ਨੂੰ ਹਰ ਸਾਲ ਮਤਲਬ ਕਰਵਾਇਆ ਜਾਂਦਾ, ਬਹੁਤ ਵਧੀਆ ਉਪਰਾਲਾ। ਅਤੇ ਤੁਹਾਨੂੰ ਪਤਾ ਵੀ ਖੂਨਦਾਨ ਮਹਾਂਦਾਨ, ਹਾਂਜੀ, ਅਤੇ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ, ਤੁਹਾਨੂੰ ਪਤਾ ਪੈਂਦਾ ਤਾਂ ਵੱਧ ਬਣਦਾ ਰਹਿੰਦਾ, ਨਵਾਂ ਬਣਦਾ ਰਹਿੰਦਾ, ਅਤੇ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਠੀਕ ਹੈ, ਆਹ ਬਾਈ ਜੀ ਆਪਣਾ ਖੂਨਦਾਨ ਕਰ ਰਹੇ ਹੈ ਜੀ? ਇਹ ਜੀ ਬਹੁਤ ਕੁਰਬਾਨੀ ਕਰਦੇ ਨੇ ਜੀ, ਇਹ ਤਾਂ ਜੇ ਇਹਨਾਂ ਦੇ ਸਾਰੇ ਹੋਵੇ ਤਾਂ ਹਰੇਕ ਮਹੀਨੇ 3-3, 4-4 ਵਾਰੀ ਖੂਨ ਕਢਾ ਦੇ। ਮੇਲਾ ਇੱਕ ਸਾਲ ਬਾਅਦ ਲੱਗਦਾ, ਜੇ ਮਹੀਨੇ ਬਾਅਦ ਲੱਗੇ ਸੀ ਮਹੀਨੇ ਬਾਅਦ ਵੀ ਕਢਾ ਦੀਏ। ਡਾਕਟਰਾਂ ਨੂੰ ਕਹਿ ਕਹਿ ਕੇ ਇਹਨਾਂ ਨੂੰ ਜੀ ਰੋਕਣਾ ਪੈਂਦਾ ਜੀ, ਬਸ ਬੱਚੇ ਦੇਖੇ ਰਹਿ ਇੱਕ ਵਾਰੀ ਇਹਨਾਂ ਨਾਲ ਥੋੜ੍ਹੀ ਜੀ। ਅਤੇ ਇੱਥੇ ਦੋ ਕੰਮ ਨਾਲ ਨਾਲ ਕਰ ਰਹੇ ਜੀ, ਠੀਕ ਆ, ਇੱਧਰੋਂ ਇਹਨਾਂ ਦਾ ਖੂਨ ਜਿਹੜਾ ਕੱਢਿਆ ਜਾ ਚੁੱਕਿਆ, ਪੰਜਾਬੀ ਭਣੇ ਇਹਨਾਂ ਦਾ ਖੂਨ ਕੱਢਿਆ ਜਾ ਚੁੱਕਿਆ ਸੀ, ਨਾਲ 4 ਬੰਦੇ ਇਹਨਾਂ ਦਾ ਖੂਨ ਵਧਾਉਣ ਤੇ ਲੱਗੇ ਆ, ਹੌਸਲਾ ਦੇ ਰਹੇ ਨੇ ਸਾਨੂੰ, ਖੂਨ ਤਾਜ਼ਾ ਕਰ ਰਹੇ ਨੇ, ਤਾਜ਼ਾ ਕੀ ਇਹਨਾਂ ਦਾ ਖੂਨ ਵਧਾ ਰਹੇ ਆ, ਹੱਸਾ ਕੇ ਵਧੇ ਵਧਿਆ ਕੁਛ ਬਿਲਕੁਲ ਬੋਤਲ ਲਾਓ ਦੇ, ਇੱਕ ਤਾਂ ਵੀ ਇਹੋ ਜਿਹਾ ਬਣਾਇਆ ਪੁਰਾਣਾ ਜਿਵੇਂ ਉਹ ਖੂਨ ਹੈ, ਇੱਕ ਸਾਈਕਲ ਚੱਲਦਾ। ਸਾਨੂੰ ਇਹ ਸੱਚਮੁੱਚ ਸਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ, ਜਿੱਥੇ ਵੀ ਇਹ ਕੈਂਪ ਲੱਗਦਾ ਖੂਨ ਦਾ, ਹਾਂ ਸਾਨੂੰ ਇਹ 'ਚ ਹਿੱਸਾ ਲੈਣਾ ਚਾਹੀਦਾ। ਠੀਕ ਹੈ, ਬਸ ਸਾਰਿਆਂ ਨੂੰ ਬਾਬੇ ਜੀ ਮੇਲੇ ਦੀ ਵਧਾਈਆਂ ਦੇ ਦਿਓ, ਬਹੁਤ ਬਹੁਤ ਸਾਰੀਆਂ ਮੁਬਾਰਕਾਂ ਬਾਈ, ਦੇਖੋ ਸਾਰੇ ਉਹਨਾਂ ਦੀ ਕਿਰਪਾ ਨਾਲ ਹੀ ਇੱਥੇ ਜੁੜੇ ਆ, ਬਹੁਤ ਬਹੁਤ ਮੁਬਾਰਕ। ਥੈਂਕ ਯੂ ਬਾਈ, ਬਹੁਤ ਵਧੀਆ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਜੈ ਸਾਈਆਂ ਦੀ, ਜੈ ਸਾਈਆਂ ਦੀ। ਬਾਪੂ ਦੇ ਮੇਲੇ ਦੀ ਸਾਰੀ ਸਤਸੰਗ ਨੂੰ ਲੱਖ ਲੱਖ ਵਧਾਈਆਂ ਹੋਵੇ। ਕੱਲ੍ਹ
27 ਤਰੀਕ ਨੂੰ 51 ਧੀਆਂ ਦੇ ਵਿਆਹ ਕੀਤੇ ਅਤੇ ਅੱਜ ਝੰਡੇ ਦੀ ਰਸਮ ਸੀ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਹੈ ਅਤੇ ਅੱਜ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਹੈ ਔਰ ਸਾਡੇ ਜਿੰਨੀ ਵੀ ਟੀਮ ਆਈ ਹੋਈ ਹੈ ਇੱਕ ਵਾਰੀ ਜ਼ਰੂਰ ਦਿਖਾ ਦਿਓ ਖੂਨਦਾਨ ਕੈਂਪ ਔਰ ਕੱਲ੍ਹ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੇਲਾ ਮਨਾਇਆ ਜਾਣਾ ਹੈ। ਸਭ ਨੇ ਹੁਮ ਹਮਾ ਕੇ ਪਹੁੰਚਣਾ ਹੈ। ਜਿਉਂਦੇ ਰਹੋ, ਵੱਸਦੇ ਰਹੋ, ਸਭ ਨੂੰ ਜੈ ਸਾਈਆਂ ਦੀ, ਜੈ ਸਾਈਆਂ, ਜੈ ਸਾਈਆਂ। ਹਾਂਜੀ, ਨਾਲ ਸਾਡਾ ਪੁਰਾਣਾ ਤੁਰੋਂ ਸਾਨੂੰ ਗੱਲਬਾਤ ਤੁਰੋਂ ਚਲੀ ਆਉਂਦੇ ਆ। ਸਾਈਆਂ ਦੇ ਨਾਲ TV 33 ਨੂੰ ਕੁਦਰ ਤੋਂ ਮੈਂ ਸ਼ੁਰੂ ਹੋਇਆ। ਠੀਕ ਹੈ ਜੀ। ਸਾਈ ਲਾਡੀ ਸ਼ਾਹ ਦੇ ਨਾਲ ਅਤੇ ਉਹ ਤਾਂ ਸਾਈਆਂ ਨਾਲ ਹੀ ਚੱਲਦੇ ਆ ਰਹੇ। ਮੈਨੂੰ 20-32 ਸਾਲ ਹੋ ਗਏ ਉਸੇ ਟਾਈਮ 'ਚ। ਮੈਂ ਮਹਾਂਪੁਰਸ਼ਾਂ ਨੂੰ ਕਾਫੀ ਸਾਲ ਬੀਤ ਗਏ ਸਾਨੂੰ ਇੱਥੇ ਆ ਕੇ ਬਹੁਤ ਕੁਛ ਸਾਨੂੰ ਸਿੱਖਣ ਨੂੰ ਵੀ ਮਿਲਿਆ, ਪਰਮਾਰਥ ਦਾ ਵੀ, ਦੁਨਿਆਵੀ ਵੀ ਵਿੱਚ ਵੜ ਕੇ ਵੇਖਿਆ ਵੀ ਕਿਵੇਂ ਹੁੰਦਾ ਹੈ, ਪੀਰ ਫਕੀਰ ਕੀ ਕਰਦੇ ਨੇ। ਸੰਤਾਂ ਨਾਲ ਵੀ ਸਾਡੀ ਦਾਦਾ ਨੇ ਕਿਰਪਾ ਮੰਗ ਰੱਖੀ ਹੈ, ਮਹਾਂਪੁਰਸ਼ਾਂ ਚਾਹੀਦਾ, ਇਹਨਾਂ ਦੀ ਬੜੀ ਕਿਰਪਾ ਰਹੀ ਹੈ, ਬਹੁਤ ਕੁਛ ਕੀਤਾ ਸਾਡੇ ਲਈ। ਬਾਕੀ ਜਿੱਥੇ ਤੁਹਾਡੀ ਕਿਸੇ ਦੀ ਲੱਗੀ ਹੈ ਨਾ, ਉੱਥੇ ਪੱਕੇ ਰਹੋ। ਜੋ ਕੋਈ ਕਿਹਦਾ ਇੱਕ ਬੰਨੇ ਪੱਕਾ ਹੋ ਕੇ ਬਹਿ ਜੂਗਾ ਨਾ, ਉਹ ਸਭ ਕੁਝ ਮੇਲਾ ਹੀ ਲੁੱਟ ਕੇ ਲੈ ਜੂਗਾ। ਧੰਨੇ ਜੱਟ ਨੇ ਸਿਰਫ ਪੱਥਰ ਦੇ ਮਰੇ ਬੈਠਾ ਸੀ, ਗਿਆ ਤਾਂ ਉਹ ਵੀ ਕਿਤੇ ਨਹੀਂ, ਸਾਧ ਜੱਟ ਪੱਥਰਾਂ 'ਚ ਕੱਢ ਕੇ ਰੱਖ ਲਿਆ ਬਾਹਰ ਵਾਲੇ ਨੇ। ਵਿਸ਼ਵਾਸ ਹੋਣਾ ਚਾਹੀਦਾ। ਦੇਖੋ, ਵਿਸ਼ਵਾਸ ਹੈ ਤਾਂ ਆਸ ਹੈ, ਜੇ ਵਿਸ਼ਵਾਸ ਹੀ ਨਹੀਂ ਤਾਂ ਆਸ ਕਾਹਦੀ। ਚਾਹੇ ਦੁਨਿਆਵੀ ਲੈ ਲਓ, ਮੈਂ ਕਿਹਾ ਮੇਰਾ ਭਾਈ ਹੈ, ਮੈਂ ਇਹਨਾਂ ਦੇ ਪਿੰਡਾਂ ਨੂੰ ਜਾ ਰਿਹਾ, ਬਾਈ ਮੇਰੇ ਚੰਡੀਗੜ੍ਹ ਦਾ ਘਰ ਹੀ, ਆਪਦੀ ਕਾਰ ਲੈ ਕੇ, ਮੋਟਰਸਾਈਕਲ ਲਏ, ਜੇ ਵਿਸ਼ਵਾਸ ਹੈ ਤਾਂ ਹੀ ਫੋਨ ਕਰੂੰਗਾ, ਜੇ ਵਿਸ਼ਵਾਸ ਹੀ ਨਹੀਂ ਤਾਂ ਬੰਦਾ ਫੋਨ ਕਿਹਨੂੰ ਕਰੂਗਾ। ਚਾਹੇ ਉਹਨੂੰ ਚਾਹੇ ਦੁਨਿਆਵੀ ਲੈ ਲਓ, ਚਾਹੇ ਇਹਨੂੰ ਪਰਮਾਰਥ 'ਚ ਲੈ ਲਓ। ਠੀਕ ਹੈ। ਆਸ ਹੈ ਤਾਂ ਵਿਸ਼ਵਾਸ ਹੈ। ਚਲੋ, ਸੰਗਤ ਨੂੰ ਵਧਾਈਆਂ ਦੇ ਸਾਰਿਆਂ ਦੀ। ਬਹੁਤ ਬਹੁਤ ਮੇਲੇ ਦੀਆਂ ਵਧਾਈਆਂ ਜੀ। ਸਾਈਂ ਸੁਰਿੰਦਰ ਸ਼ਾਹ ਸਾਰਿਆਂ 'ਤੇ ਕਿਰਪਾ ਕਰੋ, ਸਾਰਿਆਂ ਦੀਆਂ ਜੋ ਵੀ ਜ਼ਰੂਰਤਾਂ ਨੇ ਹਰ ਇੱਕ ਨੇਕ ਪਾਕ ਮਰਾਲ ਜਿਹੜੀ ਹੈ ਦਾਤਾ ਜੀ ਜਲਦੀ ਤੋਂ ਜਲਦੀ ਪੂਰੀ ਕਰਨ, ਸਾਡੀ ਇਹੀ ਦੁਆ। ਜੈ ਸਾਈਂ ਦੀ, ਮਿਹਰ ਸਾਈਂ। ਜੈਕਾਰਾ ਬਾਬਾ ਅਮਰਾਜ ਸ਼ਾਹ ਬਲੀ ਦਾ, ਉਹ ਸੱਚੇ ਦਰਬਾਰ ਕੀ ਜੈ। ਜੈਕਾਰਾ ਸਾਈਂ ਸੁਰਿੰਦਰ ਸ਼ਾਹ ਦਾ, ਉਹ ਸੱਚੇ ਦਰਬਾਰ ਕੀ ਜੈ। ਇਹ ਦਾਤਾ ਸਰਕਾਰ ਦਾ ਮੇਲਾ ਹੈ, ਇਹਦੇ ਜਿੰਨੀ ਵੀ ਸੰਗਤ ਆਈ ਹੈ, ਜਿੰਨੀ ਵੀ ਦੂਰੋਂ ਦੂਰੋਂ ਚੱਲ ਕੇ ਆਈ ਹੈ, ਸਾਈਂ ਜੀ ਵੱਲੋਂ ਅਤੇ ਸਾਡੇ ਵੱਲੋਂ ਉਹਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਅਤੇ ਜੀ ਆਇਆਂ ਨੂੰ ਹੈ, ਇੱਥੇ ਖੂਨਦਾਨ ਕੈਂਪ ਲੱਗਿਆ, ਪੂਰੇ ਵੀ ਆ ਕੇ ਬੜੇ ਸਾਰੇ ਲੋਕਾਂ ਨੇ ਖੂਨ ਡੋਨੇਟ ਕੀਤਾ ਅਤੇ ਆਪਣਾ ਆਪਣਾ ਯੋਗਦਾਨ ਪਾਇਆ ਇਸ ਮੇਲੇ ਦੇ ਵਿੱਚ। ਸਾਰਿਆਂ ਦਾ ਹਿੱਸਾ ਲੱਗਿਆ, ਸਾਰਿਆਂ ਦਾ ਇਹ ਯੋਗਦਾਨ ਹੈਗਾ ਇਸ ਮੇਲੇ ਦੇ ਵਿੱਚ। ਅਤੇ ਕੱਲ੍ਹ ਦਾ ਵੀ ਮੇਲਾ ਹੈਗਾ, ਕਵਾਲ ਹੈਗੇ ਆ, ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ, ਵੱਧ ਤੋਂ ਵੱਧ ਪੂਰੇ ਦਰਸ਼ਨ ਦੇਣ ਦੀ ਕਿਰਪਾ ਕਰਨੀ। ਜੈਕਾਰਾ ਬਾਬਾ ਅਮਰਾਜ ਸ਼ਾਹ ਬਲੀ, ਬਹੁਤ ਸੱਚੇ ਦਰਬਾਰ ਕੀ ਜੈ। ਜੈਕਾਰਾ ਸਾਈਂ ਸੁਰਿੰਦਰ ਸ਼ਾਹ ਜੀ ਦਾ, ਬਹੁਤ ਸੱਚੇ ਦਰਬਾਰ ਕੀ ਜੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੈ ਸਾਈਆਂ ਦੀ। ਜੈ ਸਾਈਆਂ ਦੀ। ਹਾਂਜੀ, ਅਸੀਂ ਸ਼੍ਰੀ ਦਰਬਾਰਪੁਰ ਆਪਣੇ ਹੋਏ ਹਾਂ, ਬੱਕਰਪੁਰ ਜੀ। ਠੀਕ ਹੈ ਜੀ। ਅਤੇ ਇੱਥੇ ਖੂਨਦਾਨ ਕੈਂਪ ਲਾਇਆ ਸਾਈਆਂ ਜੀ ਨੇ, ਅਤੇ ਕੱਲ੍ਹ 51 ਧੀਆਂ ਦੇ ਵਿਆਹ ਵੀ ਹੋਏ ਨੇ। ਠੀਕ ਹੈ ਜੀ। ਅਤੇ ਅੱਜ ਖੂਨਦਾਨ ਕੈਂਪ 'ਤੇ ਸ਼ਾਮ ਨੂੰ ਮਹਿੰਦੀ ਰਸਮ ਵੀ ਆ, ਅਤੇ ਕੱਲ੍ਹ ਨੂੰ ਬਹੁਤ ਵੱਡਾ ਉਰੇ ਭੰਡਾਰਾ, ਯਾਨੀ ਕਿ ਸਾਈਂ ਸੁਰਿੰਦਰ ਸ਼ਾਹ ਜੀ ਨੇ ਬਹੁਤ ਵੱਡਾ ਭੰਡਾਰਾ ਕਰਾਉਂਦੇ ਨੇ ਜੀ, ਅਤੇ ਗਰੀਬਾਂ ਦਾ ਸਾਥ ਦਿੰਦੇ ਨੇ, ਅਤੇ ਅਸੀਂ ਹਰ ਸਾਲ ਮਤਲਬ ਖੂਨਦਾਨ ਕਰਨਾ ਹੁੰਦਾ ਜੀ, ਅਤੇ ਬਹੁਤ ਵਧੀਆ ਲੱਗਦਾ ਸਾਈਆਂ ਦੇ ਆ ਕੇ, ਅਤੇ ਬਹੁਤ ਚੰਗੇ ਨੇ ਸਾਈਂ ਜੀ। ਅਤੇ ਆਪਾਂ ਕਿੱਥੋਂ ਆਏ ਜੀ? ਆਪਾਂ ਅਸੀਂ ਸਮਰਾਲੇ ਤੋਂ ਆਏ, ਪਿੰਡ ਮੁਸ਼ਕਾਬਾਦ ਆ ਜੀ ਮੇਰਾ। ਅੱਛਾ, ਮੁਸ਼ਕਾਬਾਦ ਤੋਂ ਆਏ? ਹਾਂਜੀ। ਅਤੇ ਆਪਾਂ ਖੂਨ ਦੇ ਕੇ ਆਪਾਂ ਕਿੱਦਾਂ ਫੀਲ ਹੋ ਰਿਹਾ? ਬਹੁਤ ਵਧੀਆ ਹੋ ਰਿਹਾ ਜੀ, ਅਸੀਂ ਸਪੈਸ਼ਲ ਖੂਨਦਾਨ ਕਰਨ ਆਏ ਹਾਂ ਜੀ, ਉਰੇ 'ਤੇ ਸਾਈਆਂ ਦੇ ਦਰਸ਼ਨ ਕਰਨ ਆਏ ਹਾਂ ਜੀ। ਠੀਕ ਹੈ। ਬਹੁਤ ਚੰਗੇ ਨੇ ਸਾਈਂ। ਚਲੋ, ਠੀਕ ਹੈ।